ਦੋਸਤੋ ਬੰਪਰ ਜੋਬਸ ਦੀ ਅਨਾਊਂਸਮੈਂਟ ਹੋਈ ਹੈ ਤਿੰਨ ਵੱਖ ਵੱਖ ਡਿਪਾਰਟਮੈਂਟ ਵਿੱਚ। ਪੂਰੀ ਇਨਫੋਰਮੇਸ਼ਨ ਤੁਹਾਨੂੰ ਇਸ ਵੀਡੀਓ ਵਿੱਚ ਦੇਵਾਂਗਾ। ਜੇ ਵੀਡੀਓ ਬੈਨੀਫਿਸ਼ੀਅਲ ਲੱਗਦੀ ਹੈ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਤੁਹਾਡੇ ਸਪੋਰਟ ਦੀ ਬਹੁਤ ਜ਼ਰੂਰਤ ਹੈ। ਤਾਂ ਦੋਸਤੋ ਫਸਟ ਜੋਬ ਦੀ ਗੱਲ ਕਰੀਏ ਤਾਂ IBPS ਦੁਆਰਾ ਕਾਫੀ ਚੰਗੀ ਜੋਬ ਵੈਕੈਂਸੀ ਅਨਾਊਂਸ ਕੀਤੀ ਗਈ ਹੈ ਕਲਰਕਸ ਦੀ, ਅਤੇ ਟੋਟਲ ਪੋਸਟਾਂ 1557 ਪੋਸਟਾਂ ਨੇ। ਅਤੇ ਯੋਗਤਾ ਦੀ ਗੱਲ ਕਰੀਏ, ਗ੍ਰੈਜੂਏਸ਼ਨ ਪਾਸ ਕੈਂਡੀਡੇਟ ਇਸ ਨੂੰ ਅਪਲਾਈ ਕਰ ਸਕਦਾ, ਉਹ ਚਾਹੇ BA BSc BCOM ਜਿਹੜੀ ਮਰਜ਼ੀ ਸਟਰੀਮ ਵਿੱਚ ਪਾਸ ਕੀਤੀ ਹੋਵੇ। ਉਮਰ ਸੀਮਾ ਦੀ ਗੱਲ ਕਰੀਏ ਤਾਂ 20 ਤੋਂ 28 ਸਾਲ ਦਾ ਕੈਂਡੀਡੇਟ ਇਸ ਨੂੰ ਕੋਈ ਵੀ ਅਪਲਾਈ ਕਰ ਸਕਦਾ। ਇਸਦੀ ਲਾਸਟ ਡੇਟ ਆ ਜਿਹੜੀ ਅਪਲਾਈ ਕਰਨ ਦੀ ਉਹ 23/9/2020 ਇਸ ਨੂੰ ਅਪਲਾਈ ਕਰਨ ਦੀ ਲਾਸਟ ਡੇਟ ਆ। ਅਤੇ ਤਨਖਾਹ ਦੀ ਗੱਲ ਕਰੀਏ 40,000 ਦੇ ਆਸ ਪਾਸ ਸੈਲਰੀ ਇਹਨਾਂ ਨੇ ਦੱਸੀ ਕਿ ਜੇ ਤੁਸੀਂ ਔਨਲਾਈਨ ਅਪਲਾਈ ਕਰਨਾ ਚਾਹੁੰਦੇ ਹੋ ਤਾਂ www.ibps.in 'ਤੇ ਜਾ ਕੇ ਤੁਸੀਂ ਔਨਲਾਈਨ ਅਪਲਾਈ ਕਰ ਸਕਦੇ ਹੋ। ਅਤੇ ਜਿਹੜਾ IBPS ਦਾ ਲਿੰਕ ਆ ਤੁਹਾਨੂੰ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਮਿਲ ਜੂ, ਜਿੱਥੋਂ ਤੁਸੀਂ ਸਿੱਧਾ ਇਸ ਇਹਨਾਂ ਦੀ ਆਫਿਸ਼ੀਅਲ ਵੈਬਸਾਈਟ ਉੱਪਰ ਪਹੁੰਚ ਜਾਓਗੇ ਅਤੇ ਉੱਪਰ ਸਕਰੋਲ ਕਰ ਲਈ ਹੋਈ ਨੂੰ ਇਹਨਾਂ ਨੋਟੀਫਿਕੇਸ਼ਨ ਵਿੱਚ ਤੁਹਾਨੂੰ ਜੋਬ ਦਾ ਨੋਟੀਫਿਕੇਸ਼ਨ ਵੀ ਮਿਲ ਜਾਵੇਗਾ ਅਤੇ ਤੁਸੀਂ ਅਪਲਾਈ ਕਰ ਸਕਦੇ ਹੋ। ਅਤੇ ਨੈਕਸਟ ਜੋਬ ਦੀ ਗੱਲ ਕਰੀਏ ਦੋਸਤੋ, ਸ਼ਸਤਰ ਸੀਮਾ ਬਲ SSB ਦੀ ਜੋਬ ਰਿਕਰੂਟਮੈਂਟ ਹੈ। ਦੋਸਤੋ ਇਹ ਆਰਮੀ ਰਿਲੇਟਡ ਜੋਬਸ ਨੇ। ਅਤੇ ਟੋਟਲ ਪੋਸਟਾਂ ਦੀ ਗੱਲ ਕਰੀਏ 1522 ਟੋਟਲ ਪੋਸਟਾਂ ਨੇ। ਅਤੇ ਯੋਗਤਾ 10ਵੀਂ ਪਾਸ ਕੈਂਡੀਡੇਟ ਇਸ ਨੂੰ ਅਪਲਾਈ ਕਰ ਸਕਦਾ। ਅਤੇ ਉਮਰ ਲਿਮਿਟ ਦੀ ਗੱਲ ਕਰੀਏ 18 ਤੋਂ 27 ਸਾਲ ਦਾ ਕੋਈ ਵੀ ਕੈਂਡੀਡੇਟ ਇਸ ਨੂੰ ਅਪਲਾਈ ਕਰ ਸਕਦਾ। ਡੇਟ ਇਸ ਨੂੰ ਅਪਲਾਈ ਕਰਨ ਦੀ 27/9/2020 ਲਾਸਟ ਡੇਟ ਹੈ। ਅਤੇ ਫੀਸ ਜਨਰਲ ਅਤੇ OBC ਕੈਂਡੀਡੇਟ ਵਾਸਤੇ 100 ਰੁਪਏ, SC ST ਵਾਸਤੇ ਇਸਦੀ ਕੋਈ ਫੀਸ ਨਹੀਂ ਹੈ। ਅਤੇ ਤਨਖਾਹ ਦੀ ਗੱਲ ਕਰੀਏ 21,000 ਤੋਂ ਲੈ ਕੇ 60,000 ਦੇ ਆਸ ਪਾਸ ਇਹਨਾਂ ਨੇ ਸੈਲਰੀ ਜਿਹੜੀ ਦੱਸੀ ਹੋਈ ਹੈ। ਦੋਸਤੋ ਜੇ ਤੁਸੀਂ ਔਨਲਾਈਨ ਅਪਲਾਈ ਕਰਨਾ ਚਾਹੁੰਦੇ ਹੋ, ਇਸਦਾ ਲਿੰਕ ਵੀ ਤੁਹਾਨੂੰ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਮਿਲ ਜੂ। ਤੁਸੀਂ ਕਰਨਾ ਕੀ ਹੈ, ਲਿੰਕ 'ਤੇ ਕਲਿੱਕ ਕਰਨਾ ਹੈ ਅਤੇ ਸਿੱਧਾ ਇਸ ਸਾਈਟ ਉੱਪਰ ਪਹੁੰਚ ਜਾਓਗੇ। ਅਤੇ ਇੱਥੇ ਤੁਸੀਂ ਡਾਊਨਲੋਡ ਸੋਰੀ ਇੱਥੇ ਤੁਸੀਂ ਕਲਿੱਕ ਹੇਅਰ 'ਤੇ ਔਨਲਾਈਨ ਅਪਲਾਈ ਕਰ ਸਕਦੇ ਹੋ। ਅਤੇ ਨੈਕਸਟ ਜੋਬ ਦੀ ਗੱਲ ਕਰੀਏ ਦੋਸਤੋ, ਨੈਸ਼ਨਲ ਕਾਊਂਸਲਿੰਗ ਫੋਰ ਟੀਚਰ NCTE ਦੀ ਰਿਕਰੂਟਮੈਂਟ ਹੈ। ਦੋਸਤੋ ਕਾਫੀ ਚੰਗੀ ਸਕੇਲ ਦੀ ਜੋਬ ਨੇ ਇਹ। ਅਤੇ ਕੁੱਲ ਨੌਕਰੀਆਂ ਦੀ ਗੱਲ ਕਰੀਏ ਤਾਂ 18 ਪੋਸਟਾਂ ਨੇ ਇਸ ਵਿੱਚ, ਅਤੇ 12ਵੀਂ ਅਤੇ ਗ੍ਰੈਜੂਏਸ਼ਨ ਪਾਸ ਕੈਂਡੀਡੇਟ ਇਸ ਨੂੰ ਅਪਲਾਈ ਕਰ ਸਕਦੇ ਹਾਂ। ਅਤੇ ਲਾਸਟ ਡੇਟ ਦੀ ਗੱਲ ਕਰੀਏ 19/9/2020 ਇਸ ਦੀ ਲਾਸਟ ਡੇਟ ਹੈ। ਅਤੇ ਤਨਖਾਹ 19,000 ਤੋਂ ਲੈ ਕੇ 56,000 ਸੈਲਰੀ ਇਹਨਾਂ ਨੇ ਦੱਸੀ ਗਈ ਹੈ। ਉਮਰ ਲਿਮਿਟ ਦੀ ਗੱਲ ਕਰੀਏ ਦੋਸਤੋ, 18 ਤੋਂ 27 ਸਾਲ ਦਾ ਕੋਈ ਵੀ ਕੈਂਡੀਡੇਟ ਇਸ ਨੂੰ ਅਪਲਾਈ ਕਰ ਸਕਦਾ ਹੈ। ਅਪਲਾਈ ਕਰਨਾ ਚਾਹੁੰਦੇ ਹੋ ਤਾਂ ਇਸਦਾ ਲਿੰਕ ਵੀ ਤੁਹਾਨੂੰ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਮਿਲ ਜੂ। ਅਤੇ ਫਸਟ ਕਾਲਮ 'ਤੇ ਅਸੀਂ ਡਾਊਨਲੋਡ 'ਤੇ ਕਲਿੱਕ ਕਰਕੇ PDF ਇਸ ਡਾਊਨਲੋਡ ਕਰਕੇ ਚੰਗੀ ਤਰ੍ਹਾਂ ਰੀਡ ਕਰ ਲਾਂਗੇ ਕੀ ਕ੍ਰਾਈਟੇਰੀਆ ਇਹਨਾਂ ਨੇ ਦੱਸਿਆ ਹੈ। ਦੋਸਤੋ ਜੇ ਇਹਨਾਂ ਵਿੱਚੋਂ ਤੁਸੀਂ ਕੋਈ ਵੀ ਜੋਬ ਅਪਲਾਈ ਕਰਨਾ ਚਾਹੁੰਦੇ ਹੋ ਆਪਣੇ ਮੋਬਾਈਲ 'ਤੇ ਤਾਂ ਵੀਡੀਓ ਵਿੱਚ ਕਮੈਂਟ ਕਰੋ। ਜਿਹੜਾ ਮੈਂ ਇਸ ਵੀਡੀਓ ਦਾ ਨੈਕਸਟ ਪਾਰਟ ਹੈ ਉਸਨੂੰ ਅਪਲਾਈ ਕਰਦੇ ਹੋਏ ਬਣਾ ਦਾਂਗਾ, ਅਤੇ ਤੁਸੀਂ ਵੀ ਸਿੱਖ ਜਾਓਗੇ ਕਿ ਤੁਸੀਂ ਇਹ ਮੋਬਾਈਲ 'ਤੇ ਕਿਵੇਂ ਅਪਲਾਈ ਕਰ ਸਕਦੇ ਹੋ। ਦੋਸਤੋ ਜੇ ਵੀਡੀਓ ਬੈਨੀਫਿਸ਼ੀਅਲ ਲੱਗੀ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਿਓ।